ਸਤਿ ਸ਼੍ਰੀ ਅਕਾਲ ਜੀ, ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਖੁਸ਼ੀ ਸਰਾਂ। ਸੋ ਗਾਇਜ਼, ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਅੰਗਰੇਜ਼ੀ ਵਾਲੀ ਮੈਡਮ ਦੀ। ਸੋ ਅੰਗਰੇਜ਼ੀ ਵਾਲੀ ਮੈਡਮ ਹੁਣ ਕਿਸ ਸਿੰਗਰ ਦੇ ਨਾਲ ਨਜ਼ਰ ਆਉਣ ਵਾਲੇ ਨੇ, ਜਾਣ ਲਈ ਦੇਖੋ ਸਾਡੀ ਅੱਜ ਦੀ ਸਪੈਸ਼ਲ ਰਿਪੋਰਟ। ਮੈਂ ਗੱਲ ਕਰ ਰਹੀ ਹਾਂ ਸ਼ਿਪਰਾ ਗੋਇਲ ਦੀ। ਸ਼ਿਪਰਾ ਨੇ ਬਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੇ ਸੁਪਰ ਹਿੱਟ ਸੌਂਗਸ ਦਿੱਤੇ ਨੇ, ਜਿਵੇਂ ਅੰਗਰੇਜ਼ੀ ਵਾਲੀ ਮੈਡਮ, ਲਵਲੀ ਵਰਸਿਸ ਪੀਯੂ। ਰੀਸੈਂਟਲੀ ਸ਼ਿਪਰਾ ਗੋਇਲ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਗੱਲ ਨੂੰ ਰਿਵੀਲ ਕੀਤਾ। ਬਹੁਤ ਜਲਦ ਉਹ ਨਿਊ ਸੌਂਗ ਦੇ ਨਾਲ ਕਮ ਬੈਕ ਕਰ ਰਹੇ ਨੇ। ਸੋਸ਼ਲ ਮੀਡੀਆ 'ਤੇ ਸ਼ਿਪਰਾ ਨੇ ਸ਼ੂਟ ਲੋਕੇਸ਼ਨ ਤੋਂ ਇੱਕ ਵੀਡੀਓ ਨੂੰ ਵੀ ਸ਼ੇਅਰ ਕੀਤਾ ਸੀ, ਚੈੱਕ ਕਰੋ ਤੁਸੀਂ ਵੀ ਇਸ ਵੀਡੀਓ ਨੂੰ। ਉੱਥੇ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਸ਼ਿਪਰਾ ਗੋਇਲ ਬਹੁਤ ਜਲਦ ਨਜ਼ਰ ਆ ਸਕਦੀ ਹੈ ਅੰਮ੍ਰਿਤ ਮਾਨ ਦੇ ਨਾਲ ਨਿਊ ਸੌਂਗ ਦੇ ਵਿੱਚ, ਅਤੇ ਇਸ ਗੱਲ ਨੂੰ ਸ਼ਿਪਰਾ ਨੇ ਆਪਣੇ ਓਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਰਾਹੀਂ ਸ਼ੇਅਰ ਕੀਤਾ ਹੈ। ਇਟ ਵਾਜ਼ ਗ੍ਰੇਟ ਮੀਟਿੰਗ ਯੂ ਅੰਮ੍ਰਿਤ ਮਾਨ, ਗਾਣੇ ਹੀ ਗਾਣੇ ਸੂਨ। ਸੋ ਗਾਇਜ਼, ਹੋ ਸਕਦਾ ਹੈ ਕਿ ਸ਼ਿਪਰਾ ਗੋਇਲ ਨੇ ਜੋ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਵੀਡੀਓ ਸ਼ੇਅਰ ਕੀਤੀ ਹੈ ਉਹ ਉਸੇ ਹੀ ਸ਼ੂਟ ਦੀ ਹੋਵੇ ਜਿਹੜਾ ਗਾਣਾ ਉਹਨਾਂ ਦਾ ਅੰਮ੍ਰਿਤ ਮਾਨ ਦੇ ਨਾਲ ਆਉਣ ਵਾਲਾ ਹੈ। ਪਰ ਇਸ ਗੱਲ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਕਿ ਕੀ ਉਸੇ ਹੀ ਸੌਂਗ ਦੇ ਸ਼ੂਟ ਦੀ ਉਹ ਵੀਡੀਓ ਹੈ ਜਾਂ ਫਿਰ ਕਿਸੇ ਹੋਰ ਦੀ। ਪਰ ਤੁਸੀਂ ਕਿੰਨੇ ਕੁ ਜ਼ਿਆਦਾ ਐਕਸਾਈਟਡ ਹੋ ਸ਼ਿਪਰਾ ਗੋਇਲ ਨੂੰ ਅੰਮ੍ਰਿਤ ਮਾਨ ਦੇ ਨਾਲ ਦੇਖਣ ਦੇ ਲਈ, ਕਮੈਂਟ ਕਰਕੇ ਜ਼ਰੂਰ ਦੱਸੋ। ਫੋਰ ਮੋਰ ਇਨਫੋਰਮੇਸ਼ਨ ਸਬਸਕ੍ਰਾਈਬ ਦ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।